ਇਹ ਵੀਰ ਭੈਣ ਆਈ ਹੈ ਇੱਕ ਪੁੱਛਦੇ ਆ ਕਿੱਥੋਂ ਆਏ ਨੇ ਕਿੱਥੋਂ ਆਏ ਹੋ ਜੀ ਤੁਸੀਂ ਵੀਰੇ ਅਸੀਂ ਰੋਹਤਕ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਦਨਾਣਾ ਸਾਡਾ ਪਿੰਡ ਹੈਗਾ ਮੇਰਾ ਨਾਂ ਹੈਗਾ ਮੇਜਰ ਕੁਲਵੰਤ ਸਿੰਘ ਹੁਣ ਮੇਰੀ ਰਿਹਾਇਸ਼ ਹੈਗੀ ਇੱਥੇ ਬਹਾਦਰਗੜ੍ਹ ਦੇ ਵਿੱਚ ਔਰ ਪਹਿਲੇ ਦਿਨ ਤੋਂ ਹੀ ਜਦੋਂ ਪਿਛਲੇ ਸਾਲ ਆਪਣਾ ਇਕੱਠ ਆਇਆ ਸੀਗਾ ਹਾਂ 26 ਨਵੰਬਰ ਨੂੰ ਮੇਰਾ ਜੁੜਾਵ ਹੈਗਾ ਪਹਿਲੇ ਦਿਨ ਤੇ ਮੈਂ ਸੰਘਰਸ਼ ਦਾ ਸਾਥੀ ਰਿਹਾ ਹਾਂ ਪੰਜਾਬ ਵਾਲੇ ਜਿਹੜੇ ਜਥੇਬੰਦੀ ਆਏ ਸੀਗੀ ਔਰ ਅੱਜ ਅਸੀਂ ਇਹ ਇੱਟਾਂ ਲੈ ਕੇ ਜਾ ਰਹੇ ਹਾਂ ਯਦਾਸ਼ਤ ਕਰਕੇ ਰੱਖਾਂਗੇ ਜਿੰਨੇ ਵੀ ਸਹਿਯੋਗੀ ਸਾਥੀ ਹੋਏ ਉਹਨਾਂ ਨੂੰ ਦੇਵਾਂਗੇ ਤਾਂ ਕਿ ਸਾਨੂੰ ਯਾਦ ਰਹੇਗੀ ਕਿੰਨਾ ਵੱਡਾ ਸੰਘਰਸ਼ ਸੀਗਾ ਔਰ ਮੇਰੀ ਮੈਂ ਸਿੱਖ ਰੈਜੀਮੈਂਟ ਤੋਂ ਮੈਂ ਫੌਜ ਤੇ ਸੀਗਾ ਤਾਂ ਕਰਕੇ ਮੈਨੂੰ ਪੰਜਾਬੀ ਆਉਂਦੀ ਹੈ ਨਾ ਤੇ ਮੈਂ ਠੇਠ ਹਰਿਆਣਵੀ ਬੰਦਾ ਠੀਕ ਹੈ ਜੀ ਔਰ ਪੰਜਾਬ ਨੂੰ ਜਿਹਦੇ ਜਿਸ ਹਿਸਾਬ ਨਾਲ ਅਗਵਾਈ ਕੀਤੀ ਹੈਗੀ ਉਸਦਾ ਕੋਈ ਹਿਸਾਬ ਨਹੀਂ ਹੈ ਉਸਦਾ ਕੁਛ ਵੀ ਤੋੜ ਨਹੀਂ ਹੈਗਾ ਉਸਦੀ ਜਿੰਨੀ ਤਾਰੀਫ ਕਰਾਂ ਉਨਾ ਘੱਟ ਹੈ ਔਰ ਸਮੇਂ ਸਮੇਂ ਤੇ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਉੱਤਰਾਖੰਡ ਰਾਜਸਥਾਨ ਜਿੰਨਾ ਵੀ ਸਹਿਯੋਗ ਦਿਆ ਸਾਰਿਆਂ ਨੂੰ ਜਿਸ ਟਾਈਮ ਵੀ ਸਾਨੂੰ ਵਕਤ ਤੇ ਲੋੜ ਪਈ ਸਭ ਦਾ ਸਹਿਯੋਗ ਰਹਾਗੀ ਔਰ ਸਭ ਤੋਂ ਵੱਡੀ ਗੱਲ ਹੈਗੀ ਇਸ ਜਿੱਤ ਦਾ ਕਾਰਨ ਬਣ ਇਹ ਭਰਾ ਇੱਥੇ ਲੱਗੇ ਹੋਏ ਸੀ ਇੱਟਾਂ ਚੱਕਣ ਭਰਾਓ ਇਹਨਾਂ ਨੂੰ ਦੇਖ ਕੇ ਫਿਰ ਕਿਹੜਾ ਮਿੱਟੀ ਇਕੱਠੀ ਕਰਨ ਲੱਗੇ ਪਏ ਤੇ ਤੁਹਾਡੀ ਇੱਥੇ ਜਿਹੜੀ ਆ ਬਚੀ ਹੋਈ ਆ ਇੱਟਾਂ ਪਈਆਂ ਨੇ ਆਹ ਇਸ ਤਰ੍ਹਾਂ ਇਹਨਾਂ ਨੂੰ ਇਹ ਇੱਟਾਂ ਨੂੰ ਇਕੱਠੀਆਂ ਕਰਕੇ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਮੋਦੀ ਇਹਨਾਂ ਨੂੰ ਹਰਾਉਣ ਨੂੰ ਫਿਰਦਾ ਸੀ ਧੰਨਵਾਦ ਅਸੀਂ ਹਾਰਨ ਵਾਲੀ ਕੌਮ ਹੀ ਨਹੀਂ ਬਣੀ ਹੈ ਹਾਂ ਜੀ ਇਹ ਤੋਂ ਜਿੰਨਾ ਕੱਟੋਗੇ ਉਨਾ ਵਧਣਗੇ ਵਧਵਾਉਣਗੇ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ।